पंजाब का एंट्री गेट मोहाली, इसका अधिकारिक नाम है ज़िला साहिबजादा अजीत सिंह नगर। दसम पातशाह श्री गुरु गोबिंद सिंह जी महाराज के सब तो व्डे सपुत्र साहिबजादा अजीत सिंह के नाते यह शहर 1968 में वसाया गया सी, जो अज विश्व के नक्शे पर है। मोहाली इसका पुरातन नाम है। ये नाम इसका किस तरह पिया, की है यदि दास्तां, अते अज भी ये नाम हरमन प्यारा क्यों है, आओ थानू दसदे हां। पंजाब दे प्रवेश द्वार वजों जाणिया जांदा शहर मोहाली। मोहाली शहर नूं तां हर कोई जानदा है, पर लोग शायद एक घट जानदे ने कि इस नां दा एक पिंड भी है, पिंड मोहाली, जिस दे नां ते मोहाली शहर वसिया, फिर ब्लॉक बनिया, फिर सब डिवीजन बनी, ते फिर ज़िला बनिया। बेशक मोहाली ज़िला बने नूं भी 14 साल तो ज़्यादा दा समा हो चुका है, पर नौजवान पीढ़ी खास करके इस गल तो अनजान है कि मोहाली पिंड भी मोहाली शहर दे अंदर ही है। आओ असी थानू लै चलते हाँ अज पिंड मोहाली, ते दिखाउंदे हाँ इत्थे सर्वधर्म सांझीवालता ते धर्म निरपक्षता दा एक वड्डा प्रमाण। मोहाली च लंबे समय तो रहिंदे आ रहे हो, ते बड़ा सानू पता लगे कि इंटरेस्टिंग कहानी हैगी है कि मोहाली दा नाम मोहाली किदां पिया, इहदे बारे दस्सो। मोहाली मतलब मोह वाली, ते मेरा परिवार मोहाली विच 5 मई 1978 तो रह रहा है। 5/12/1976 नूं मेरी शादी पटियाले हुई सी, ते 31/12/1976 तो असी मोहाली दे विच 3B2 च अपना मकान बनाया, ते 25 मई 1990 नूं असी ਕਿਸੇ ਪਰਿਵਾਰਕ ਕਾਰਨਾਂ ਕਰਕੇ ਉਹ ਮਕਾਨ ਵੇਚ ਕੇ ਅਤੇ ਇੱਥੇ ਮੋਹਾਲੀ ਵਿੱਚ ਮਕਾਨ ਖਰੀਦ ਕੇ ਰਹਿਣ ਲੱਗ ਗਏ। ਮੈਂ ਜਦੋਂ ਮੋਹਾਲੀ ਵਿੱਚ ਆਈ ਤਾਂ ਮੈਨੂੰ ਮੋਹਾਲੀ ਵਿੱਚ ਆਉਣ ਤੋਂ ਹੀ ਮੇਰਾ ਚਿੱਤ ਕਰਦਾ ਸੀ ਕਿ ਮੋਹਾਲੀ ਦਾ ਮੈਂ ਇਤਿਹਾਸ ਪਤਾ ਕਰਾਂ, ਅਤੇ 25 ਮਈ 1990 ਤੋਂ ਬਾਅਦ ਮੈਂ ਇੱਥੇ ਜਿਹੜੇ ਇਸ ਏਰੀਏ ਦੇ ਪਿੰਡ ਦਾ ਬਹੁਤ ਹੀ ਪੁਰਾਣਾ ਸਮੇਂ ਤੋਂ ਸੀ, ਉਸ ਟਾਈਮ ਤਾਂ ਇਹ ਪਿੰਡ 'ਚੋਂ ਨਿਕਲ ਚੁੱਕਿਆ ਸੀ, ਪਤਾ ਕੀਤਾ, ਮੈਂ ਇਹਦੇ ਬਾਰੇ ਖੋਜ ਕੀਤੀ, ਮੈਂ ਘਰ ਘਰ ਗਈ, ਜਿਹੜੇ ਸਭ ਤੋਂ ਉਭਰ ਦਰਾਜ ਬੰਦੇ ਸੀ ਉਸ ਟਾਈਮ, ਉਹਨਾਂ ਨੂੰ ਮੈਂ ਪੁੱਛਿਆ ਕਿ ਇਹ ਮੋਹਾਲੀ ਦਾ ਕੀ ਇਤਿਹਾਸ ਹੈ, ਤਾਂ ਮੈਨੂੰ ਪਤਾ ਲੱਗਿਆ ਕਿ 1857 ਦੇ ਵਿਸ਼ਵ ਯੁੱਧ ਵਿੱਚ ਇੱਕ ਇੱਥੇ ਔਰਤ ਹੁੰਦੀ ਸੀ, ਰਾਧਾ ਨਾਂ ਸੀ ਉਹਦਾ, ਉਹਨੂੰ ਰਾਧੀ ਕਹਿ ਕੇ ਬੁਲਾਉਂਦੇ ਸੀ, ਜੱਟਾਂ ਦੀ ਸੀ, ਰਾਧੀ ਜੱਟੀ ਦੇ ਨਾਂ ਨਾਲ ਮਸ਼ਹੂਰ ਸੀ ਉਹ, ਅਤੇ ਉਹਦਾ ਪੁੱਤਰ ਲਾਮ ਦੇ ਵਿੱਚ ਲੜਾਈ ਦੇ ਵਿੱਚ ਗਿਆ ਸੀ 1857 ਦੇ ਵਿਸ਼ਵ ਯੁੱਧ ਦੇ ਵਿੱਚ, ਅਤੇ ਉਹਦਾ ਪੁੱਤਰ ਵਾਪਿਸ ਨਹੀਂ ਆਇਆ, ਅਤੇ ਨਾ ਉਹਦਾ ਕੋਈ ਸ਼ਹੀਦਾਂ ਦੇ ਵਿੱਚ ਨਾ ਆਇਆ, ਨਾ ਉਹਦਾ ਲਾਪਤਾ ਦੇ ਵਿੱਚ ਨਾ ਆਇਆ, ਉਹਦਾ ਕਿਤੇ ਕੋਈ ਖੋਜ ਖੁਰਾ ਨਹੀਂ ਮਿਲਿਆ ਉਸਦੇ ਪੁੱਤਰ ਦਾ, ਅਤੇ ਉਹ ਹਰ ਆਉਂਦੇ ਅਤੇ ਜਾਂਦੇ ਬੰਦੇ ਨੂੰ ਕਹਿੰਦੀ ਸੀ ਤੈਨੂੰ ਮੇਰਾ ਪੁੱਤਰ ਮਿਲੇ ਤਾਂ ਉਹਨੂੰ ਕਹੀਂ ਤੇਰੀ ਮਾਂ ਯਾਦ ਕਰਦੀ ਹੈ, ਤੂੰ ਮੇਰੇ ਕੋਲ ਆ, ਮੇਰੇ ਘਰ ਆ, ਤੂੰ ਪਾਣੀ ਪੀ, ਚਾਹ ਪੀ, ਲੱਸੀ ਪੀ, ਰੋਟੀ ਖਾ ਕੇ ਜਾਈ, ਤੂੰ ਮੇਰਾ ਪੁੱਤਰ ਨੂੰ ਲੱਭ ਲਿਆਈ। ਅਤੇ ਫਿਰ ਉਹ ਹੌਲੇ ਹੌਲੇ ਔਰਤ ਕਿਸੇ ਨੂੰ ਵੀ ਦਿਨ ਹੋਵੇ ਰਾਤ ਹੋਵੇ ਦੱਸਦੇ ਆ ਲੋਕ ਕਿ ਉਹ ਨਹੀਂ ਸੀ ਜਾਣ ਦਿੰਦੀ, ਅਗਰ ਉਹ ਸੁੱਤੀ ਪਈ ਹੈ ਰਾਤੀ ਵੀ ਉਹਦੀ ਉਹਨੂੰ ਪਤਾ ਲੱਗਣਾ ਕਿਸੇ ਦੇ ਪੈਰਾਂ ਦੀ ਆਟ ਆਈ ਹੈ, ਅਤੇ ਉਹਨੇ ਇੱਕਦਮ ਉੱਠ ਜਾਣਾ, ਉਹਨੇ ਕਹਿਣਾ ਤੂੰ ਮੇਰਾ ਪੁੱਤਰ ਨੂੰ ਲੱਭ ਲਿਆਈ, ਤੂੰ ਲਾਮ 'ਤੇ ਚੱਲਿਆ, ਤੂੰ ਲੜਾਈ 'ਤੇ ਚੱਲਿਆ, ਅਤੇ ਪਰ ਤੂੰ ਮੇਰੇ ਘਰੋਂ ਕੁਝ ਖਾ ਕੇ ਜ਼ਰੂਰ ਜਾ।
ਤੇ ਉਹ ਮੋਹਾਲੀ ਦੇ ਨਾਂ ਨਾਲ ਇਹ ਜਗ੍ਹਾ ਜਿਹੜੀ ਹੈ ਇਹ ਪਿੰਡ ਜਿਹੜਾ ਹੈ ਇਹ ਪਿੰਡ ਜਿਹੜਾ ਮਸ਼ਹੂਰ ਹੋ ਗਿਆ ਬਈ ਮੋਹਾਲੀ। ਅਤੇ ਉਸ ਤੋਂ ਬਾਅਦ ਫਿਰ ਉਸਦੇ ਰਾਜਾ ਦੇ ਪਤੀ ਦਾ ਕੋਈ ਸੁਣਨ ਬਾਰੇ ਕੁਛ ਨਹੀਂ ਮਿਲਦਾ, ਪਰ ਇਹ ਪਤਾ ਲੱਗਿਆ ਹੈ ਖੋਜ ਤੋਂ ਕਿ ਉਹਦਾ ਇੱਕੋ ਹੀ ਪੁੱਤਰ ਸੀ ਜਿਹੜਾ ਲਾਂ ਵਿੱਚ ਚਲਾ ਗਿਆ ਸੀ 1857 ਦੇ। 1857 ਤੋਂ ਸਾਨੂੰ ਇਹ ਪਤਾ ਲੱਗਦਾ ਕਿ ਇਹ ਬਹੁਤ ਹੀ ਪੁਰਾਣਾ ਪਿੰਡ ਹੈ, ਕੋਈ 1000 ਸਾਲ ਪੁਰਾਣਾ ਕਹਿੰਦਾ ਹੈ ਇਤਿਹਾਸਿਕ ਹੈ। ਖਰੜ ਤੋਂ ਬਾਅਦ ਇਹਦਾ ਨਾਂ ਆਇਆ, ਪਰ ਇਹ ਜਿਹੜਾ ਮੋਹਾਲੀ ਹੈ ਇਹ ਮਤਲਬ ਉਸੀ ਦੇ ਨਾਂ ਨਾਲ। ਅਤੇ ਅਸੀਂ ਮਤਲਬ ਉਹਦੀ ਯਾਦ ਨੂੰ ਪ੍ਰਣਾਮ ਕਰਦੇ ਹਾਂ। ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਇਤਿਹਾਸ ਨੂੰ, ਇਸ ਪੁਰਾਤਨ ਨੂੰ, ਭਾਰਤ ਦੀ ਸਭਿਅਤਾ ਨੂੰ, ਪੰਜਾਬ ਦੀ ਸਭਿਅਤਾ ਨੂੰ ਅਤੇ ਮੋਹਾਲੀ ਨੂੰ ਯਾਦ ਕਰਦੇ ਹੋਏ, ਉਹਨੂੰ ਯਾਦ ਰੱਖਦੇ ਹੋਏ, ਉਹਨੂੰ ਚੇਤੇ ਰੱਖਦੇ ਹੋਏ ਇਸ ਜਿਹੜੀ ਜਗ੍ਹਾ ਹੈ, ਜਿਹੜਾ ਪਿੰਡ ਹੈ, ਇਹ ਭਾਵੇਂ ਨਿਕਲ ਗਿਆ ਹੈ ਪਿੰਡਾਂ ਵਿੱਚੋਂ ਕਿਉਂਕਿ ਮਿਊਂਸੀਪਲ ਕੌਂਸਲ ਬਣ ਗਈ ਹੈ, ਇੱਥੋਂ ਮੋਹਾਲੀ ਸ਼ੁਰੂ ਹੁੰਦੀ ਹੈ, ਸਭ ਕੁਛ ਹੈ, ਪਰ ਅਸੀਂ ਮਤਲਬ ਜਿਹੜਾ ਇੱਕ ਸਾਡੀ ਪੁਰਾਤਨ ਸਭਿਅਤਾ ਹੈ ਅਤਿਥੀ ਸਤਿਕਾਰ ਦੀ, ਅਤਿਥੀ ਦੇਵੋ ਭਾਵ, ਅਤੇ ਅਸੀਂ ਮਤਲਬ ਇੰਨਾ ਤਾਂ ਕਰ ਹੀ ਸਕਦੇ ਹਾਂ ਕਿ ਅਸੀਂ ਕਿਸੇ ਨੂੰ ਜਲ ਬਾਰੇ ਪੁੱਛ ਲਈਏ, ਕਿਸੇ ਦੁੱਖ ਸੁੱਖ ਵਿੱਚ ਕੰਮ ਆ ਜਾਈਏ। ਅਤੇ ਅਗਰ ਅਸੀਂ ਕਿਸੇ ਨੂੰ ਰੋਟੀ ਚਾਹ ਨਹੀਂ ਪੁੱਛ ਸਕਦੇ, ਅਸੀਂ ਅਗਰ ਜਲ ਵੀ ਪੁੱਛ ਲਾਂਗੇ ਤਾਂ ਮੇਰਾ ਇਹ ਮੰਨਣਾ ਹੈ ਕਿ ਉਸ ਮਾਤਾ ਜੀ ਦੀ, ਰਾਧਾ ਮਾਤਾ ਜੀ ਦੀ ਆਤਮਾ ਨੂੰ ਜਿਹੜੇ ਉਹ ਇੱਕ ਸਕੂਨ ਮਿਲੇਗਾ, ਅਮਨ ਮਿਲੇਗਾ ਕਿ ਮੇਰੇ ਪਾਏ ਹੋਏ ਪੁਰਨਿਆਂ 'ਤੇ ਹਾਲੇ ਵੀ ਇਸ ਖੇਤਰ ਦੇ ਲੋਕ ਜਿਹੜੇ ਨੇ ਉਹ ਚੱਲ ਰਹੇ ਨੇ। ਅੱਜ ਕੌਮਾਂਤਰੀ ਬੋਲੀ ਦਿਵਸ ਹੈ ਅਤੇ ਮੈਂ ਇਸ ਮੌਕੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ ਵਰਡ ਪੰਜਾਬੀ ਦੇ ਦਰਸ਼ਕਾਂ ਨੂੰ ਕਿ ਅਸੀਂ ਆਪਣੀ ਮਾਂ ਬੋਲੀ, ਸਾਨੂੰ ਬੋਲੀਆਂ ਜਿੰਨੀਆਂ ਮਰਜ਼ੀ ਆ ਜਾਣ, ਬੋਲੀਆਂ ਸਿੱਖਣ ਵਿੱਚ ਕੋਈ ਇਤਰਾਜ਼ ਨਹੀਂ, ਪਰ ਜਿਹੜੀ ਸਾਡੀ ਮਾਂ ਬੋਲੀ ਹੈ, ਜਿਹੜੇ ਸਾਡੇ ਖੂਨ ਦੇ ਵਿੱਚ ਵਗਦੀ ਹੈ, ਜਿਹੜੀ ਅਸੀਂ ਮਾਂ ਦੇ ਦੁੱਧ ਦੇ ਨਾਲ ਹੀ ਸਿੱਖਦੇ ਹਾਂ, ਅਤੇ ਉਹਨੂੰ ਅਸੀਂ ਆਪਣਾ ਹਰ ਟਾਈਮ ਯਾਦ ਰੱਖੀਏ। ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਬਜਾਏ ਹਿੰਦੀ ਜਾਂ ਅੰਗਰੇਜ਼ੀ ਬੋਲਣ ਦੇ, ਅਸੀਂ ਪੰਜਾਬੀ ਜਾਂ ਆਪਣੀ ਮਾਂ ਬੋਲੀ ਨੂੰ ਹੀ ਅਸੀਂ ਤਰਜੀਹ ਦੇਈਏ। ਮੋਹਾਲੀ ਪਿੰਡ ਦੇ ਵਿੱਚ ਕਿੰਨੇ ਸਾਲਾਂ ਤੋਂ ਕਹਿ ਲਓ ਵੀ ਇਹ ਰਸਮ ਰਿਵਾਜ ਪ੍ਰਥਾ ਚੱਲਦੀ ਆ ਰਹੀ ਹੈ, ਸਾਂਝੇ ਤੌਰ 'ਤੇ ਪ੍ਰੋਗਰਾਮ ਕੀਤਾ ਜਾਂਦਾ ਜਿਹੜਾ? ਇਹ ਸੋਚ ਲਓ ਵੀ ਸਾਡੀ ਸੋਝੀ ਤੋਂ ਪਹਿਲਾਂ ਹੀ ਚੱਲਦੀ ਆਉਂਦੀ ਹੈ, ਪਤਾ ਹੀ ਨਹੀਂ ਕਦੋਂ ਤੋਂ ਚੱਲੀ ਹੈ। ਸਾਡੇ ਬਜ਼ੁਰਗਾਂ ਤੋਂ ਪਹਿਲਾਂ ਦਾਦੇ ਸੀ, ਫਿਰ ਸਾਡੇ ਬਾਪੂ ਜੀ ਹੁਣੀ ਆ, ਕੋਈ ਵੀ ਬਜ਼ੁਰਗ ਉਹਨਾਂ ਦੇ ਬਰਾਬਰ ਦਾ, ਉਸ ਤੋਂ ਬਾਅਦ ਹੁਣ ਸਾਡੇ ਹੱਥ ਆਈ ਹੈ, ਉੱਦਾਂ ਦੀ ਆਪਣੀ ਪਰੰਪਰਾ ਨਿਭਾਉਂਦੇ ਹਾਂ। 3 ਦਿਨਾਂ ਅਖੰਡ ਪਾਠ ਹੁੰਦਾ ਹੈ, ਉਦੋਂ ਲੰਗਰ ਚੱਲਦਾ ਹੈ। ਇਸ ਵਾਰੀ ਵੀ ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਅਖੰਡ ਪਾਠ ਸਾਹਿਬ ਸੀ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਏ ਅਤੇ ਉਹਨਾਂ ਨੇ ਆਪਣੇ ਜੋ ਵੀ ਬਚਨ ਬਲਾਸ ਕੀਤੇ। ਕੱਲ੍ਹ ਵੀ ਲੰਗਰ ਚੱਲਿਆ ਅਤੇ ਅੱਜ ਸਾਡੇ ਇੱਕ ਅਸਥਾਨ ਹੈ ਖੇੜਾ ਬਾਬਾ, ਜੋ ਕਿ ਸਾਡੇ ਨਗਰ ਨੂੰ ਜਦੋਂ ਇੱਥੇ ਬੰਨਿਆ ਸਭ ਤੋਂ ਪਹਿਲਾਂ ਪਰਮਾਤਮਾ ਦੇ ਨਾਂ 'ਤੇ ਉਹਨਾਂ ਦਾ ਘਰ ਬਣਾਇਆ ਸੀ। ਸਾਡਾ ਸਾਰਾ ਪਿੰਡ ਸਭ ਤੋਂ ਪਹਿਲਾਂ ਉਹਨਾਂ ਦੀ ਪੂਜਾ ਕਰਦਾ ਹੈ ਅਤੇ ਜਿੱਦਾਂ ਸਾਡੇ ਬਜ਼ੁਰਗ ਕਰਦੇ ਆਏ ਹਾਂ ਉੱਦਾਂ ਹੀ ਮਲਸ਼ਾਨੂੰ ਇਹ ਵੀ ਵਿਸ਼ਵਾਸ ਨਹੀਂ, ਪੱਕਾ 100% ਯਕੀਨ ਹੈ ਕਿ ਸ਼ਕਤੀ ਹੈ ਇੱਥੇ, ਸ਼ਕਤੀ ਦੇ ਪੁੰਜ ਨੇ ਇਹ, ਅਤੇ ਅਸੀਂ ਇਹਨਾਂ ਦੀ ਪੂਜਾ ਕਰਦੇ ਹਾਂ ਅਤੇ ਅੱਜ ਪੂਜਾ ਕੀਤੀ ਹੈ ਅਤੇ ਹੁਣ ਲੰਗਰ ਤਿਆਰ ਹੈ, ਲੰਗਰ ਛਕਾਵਾਂਗੇ ਸੰਗਤਾਂ ਨੂੰ। ਅੱਛਾ, ਜੋ ਸੁਣਨ 'ਚ ਮਿਲਦਾ ਕਿ ਪੰਜਾਬ ਹਰਿਆਣਾ 'ਚ 57 ਨਗਰ ਕਿਹੜੇ ਹੈਗੇ ਨੇ ਜਿਹੜੇ ਮਾਨਤਾ ਪ੍ਰਾਪਤ ਨੇ, ਉਹਨਾਂ 'ਚੋਂ ਇੱਕ ਇਹ ਹੈਗਾ ਮੋਹਾਲੀ ਪਿੰਡ ਵਾਲਾ ਵੀ। ਇਹ ਸਾਡੇ ਬਜ਼ੁਰਗਾਂ ਦਾ ਕਹਿਣਾ ਹੈ ਜੀ ਕਿ ਕਿਸੇ ਟਾਈਮ ਕਿਸੇ ਵਿਦਵਾਨ ਪੰਡਿਤ ਨੇ ਇੱਥੇ ਆ ਕੇ ਹਮਨ ਕੀਤਾ ਸੀ ਅਤੇ ਉਸਨੇ ਕਿਹਾ ਸੀ ਕਿ ਇਹ ਇੱਕ ਇੱਦਾਂ ਦਾ ਰਾਜ ਮਹਾਰਾਜਾ ਕਹਿ ਲਓ ਖੇੜਾ ਹੈ, ਇਹ ਅੱਗੇ ਤੋਂ ਅੱਗੇ ਜਿਵੇਂ ਅੱਜ ਹੁਣ ਮੋਹਾਲੀ ਜ਼ਿਲ੍ਹਾ ਬਣਿਆ, ਅੱਗੇ ਸ਼ਹਿਰ ਚੱਲਦਾ ਹੈ, ਪਤਾ ਨਹੀਂ ਕਿੱਥੋਂ ਤੱਕ ਜ਼ਿਲ੍ਹਾ ਚੱਲ ਗਿਆ। ਉਹਨਾਂ ਨੇ ਜਿੰਨੇ ਦੱਸਿਆ ਸੀ ਵੀ ਖੇੜਿਆਂ ਦੇ ਖੇੜਿਆਂ ਦਾ ਇਹ ਬਾਦਸ਼ਾਹ ਹੈ, ਅੱਜ ਉਹਨਾਂ 'ਤੇ ਰਾਜ ਕਰ ਰਿਹਾ ਜੀ। ਜਿੱਥੋਂ ਤੱਕ ਸਾਡੇ ਪਿੰਡ ਦਾ ਨਾਂ ਮੋਹਾਲੀ ਹੈ, ਸ਼ਹਿਰ ਦਾ ਨਾਂ SAS ਨਗਰ ਹੈ, ਪਰ ਜਿੱਥੋਂ ਤੱਕ ਜ਼ਿਲ੍ਹਾ ਚਲੇ ਗਿਆ SAS ਨਗਰ ਨੂੰ ਕੁਛ ਲੋਕ ਜਾਣਦੇ ਨੇ,
ਤੇ ਸਾਡੇ ਨਗਰ ਦੇ ਪਿੰਡ ਨਾਂ ਨੂੰ ਮੋਹਾਲੀ ਪਿੰਡ ਨੂੰ ਇਹ ਜਿੱਥੋਂ ਤੱਕ ਜ਼ਿਲ੍ਹਾ ਚੱਲਿਆ ਜ਼ਿਲ੍ਹਾ ਕੀ ਜੀ ਆਲ ਵਰਲਡ ਦੇ ਵਿੱਚ ਗੂੰਜ ਰਿਹਾ ਅੱਜ ਮੋਹਾਲੀ ਪਿੰਡ ਦਾ ਨਾਂ ਸੋ ਰਵਿੰਦਰ ਸਿੰਘ ਜੀ ਇਹੋ ਜਿਹੇ ਜਦੋਂ ਪ੍ਰੋਗਰਾਮ ਹੁੰਦੇ ਨੇ ਮਤਲਬ ਸਾਂਝੀਵਾਲਤਾ ਏਕਤਾ ਦਾ ਸੁਨੇਹਾ ਜਿਹੜਾ ਇਸ ਪਿੰਡ 'ਚੋਂ ਵੀ ਜਾਂਦਾ ਕੀ ਮਹਿਸੂਸ ਕਰਦੇ ਉਹਦੇ ਬਾਰੇ ਕੀ ਕਹਿਣਾ ਜਿਹੜਾ ਤਿਉਹਾਰ ਮਹੱਤਵ ਹੈਗਾ ਸਾਰਾ ਪਿੰਡਾਂ ਨੂੰ ਬੜੇ ਉਤਸ਼ਾਹ ਨਾਲ ਮਨਾਉਂਦਾ ਹੈ ਨੌ ਛੋਟੇ ਤੋਂ ਛੋਟੇ ਬੱਚਿਆਂ ਤੋਂ ਲੋਕ ਵੱਡੇ ਬਜ਼ੁਰਗਾਂ ਤੱਕ ਸਾਰੀਆਂ ਮਾਤਾਵਾਂ ਭੈਣਾਂ ਖੂਬ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ ਸਾਰੇ ਬੜੇ ਖੁਸ਼ੀ ਨਾਲ ਆਪਣਾ ਸਮਝ ਕੇ ਆਪਣੇ ਵਿੱਚੋਂ ਵੱਧ ਯੋਗਦਾਨ ਸੇਵਾ ਪਾਉਂਦੇ ਨੇ ਅਤੇ ਸਰੀਰਕ ਅਤੇ ਮਨ ਧਨ ਨਾਲ ਸੇਵਾ ਕਰਦੇ ਨੇ ਆਪਣੀਆਂ ਡਿਊਟੀਆਂ ਤਨ ਮਨ ਲੈਂਦੇ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਪ੍ਰੋਗਰਾਮ ਸਾਰਾ ਮਤਲਬ ਭਾਈਚਾਰਾ ਇੱਕ ਛੱਤ ਦੇ ਥੱਲੇ ਇਕੱਠਾ ਹੁੰਦਾ ਹੈਗਾ ਕੋਈ ਨਹੀਂ ਸਾਰਾ ਇੱਕੋ ਛੱਤ ਦੇ ਥੱਲੇ ਪ੍ਰਤੀਤ ਹੁੰਦਾ ਹੈਗਾ ਕਿਸੇ ਤਰ੍ਹਾਂ ਦਾ ਕੋਈ ਮਹਿਸੂਸ ਨਹੀਂ ਹੁੰਦਾ ਹਰ ਨੂੰ ਵੱਧ ਚੜ੍ਹ ਕੇ ਉਹ ਹਰ ਇੱਕ ਨੂੰ ਇਹ ਮਹਿਸੂਸ ਹੁੰਦਾ ਵੀ ਮੇਰਾ ਆਪਣਾ ਕਾਰਜ ਹੈਗਾ ਜੀ ਇੱਕ ਇੱਥੋਂ ਦੀ ਇੱਕ ਹੋਰ ਪਰੰਪਰਾ ਹੈ ਇੱਥੇ ਕਿਸੇ ਪ੍ਰਕਾਰ ਦਾ ਵੀ ਚਾਹੇ ਕੋਈ ਬਾਹਰੋਂ ਆਇਆ ਚਾਹੇ ਸਾਡੇ ਪਿੰਡ ਦਾ ਹੈ ਚਾਹੇ ਕਿਸੇ ਕਾਸਟ ਦਾ ਹੈ ਉਹ ਗਰੀਬ ਹੈ ਉਹਦੇ ਘਰ 'ਚ ਹੈ ਰੋਟੀ ਨਹੀਂ ਬਣਦੀ ਅਗਰ ਸੇਵਾ ਕਰਨਾ ਚਾਹੁੰਦਾ ਹੈ ਅਗਰ ਉਹ ਕਿਸੇ ਵੀ ਤਰ੍ਹਾਂ ਦੀ ਸੇਵਾ ਮਤਲਬ ਚਾਹੇ ਉਹਨੇ ਕੋਈ ਲੰਗਰ ਵਰਤਾਉਣਾ ਹੈ ਜਾਂ ਭੰਡਾਰੇ ਦੀ ਸੇਵਾ ਕਰਨੀ ਹੈ ਇੱਥੇ ਕਿਸੇ ਵੀ ਬੰਦੇ ਨੂੰ ਮਨਾਹੀ ਨਹੀਂ ਨਿਰਪੱਖ ਹੋ ਗਿਆ ਕੋਈ ਪੱਖ ਬਿਲਕੁਲ 1% ਵੀ ਨਹੀਂ ਹੈ ਵੈਸੇ ਤਾਂ ਸਾਡੇ ਨਗਰ ਦਾ ਹੀ ਇੱਦਾਂ ਦਾ ਹੈ ਸਾਨੂੰ ਪਤਾ ਹੀ ਨਹੀਂ ਵੀ ਕੌਣ ਕਿੱਦਾਂ ਸਾਰੇ ਇੱਕ ਪਰਿਵਾਰ ਵਾਂਗ ਰਹਿੰਦੇ ਹੈ ਚਾਹੇ ਬਾਲਮੀਕਾਂ ਦਾ ਮਹੱਲਾ ਹੈ ਹਰੀਜਨਾਂ ਦਾ ਹੈ ਜ਼ਿਮੀਂਦਾਰਾਂ ਦਾ ਹੈ ਕੋਈ ਵੀ ਹੈ ਸਾਨੂੰ ਆਪਣੇ ਭਰਾ ਲੱਗਦੇ ਹੈ ਅਤੇ ਉਹ ਸਾਰੇ ਸੇਵਾ ਕਰਦੇ ਹੈ ਯੂਪੀ ਬਿਹਾਰ ਤੋਂ ਆਏ ਜਿਹੜੇ ਬੰਦੇ ਨੇ ਉਹ ਵੀ ਸੇਵਾ ਕਰਦੇ ਨੇ ਕਰੋ ਬਈ ਸੇਵਾ ਇਹ ਤਾਂ ਪਰਮਾਤਮਾ ਦੀ ਸੇਵਾ ਹੈ ਇੱਥੇ ਕੋਈ ਵੀ ਰੋਕਦਾ ਨਹੀਂ ਪਹਿਲੇ ਵਿਸ਼ਵ ਯੁੱਧ ਦੌਰਾਨ ਰਾਧਾ ਜੱਟੀ ਦੇ ਮੋਹ ਤੋਂ ਸ਼ੁਰੂ ਹੋਇਆ ਮੋਹਾਲੀ ਪਿੰਡ ਦਾ ਇਹ ਸਿਲਸਿਲਾ ਅੱਜ ਵੀ ਲਗਾਤਾਰ ਬਾਜ਼ਸਤੂਰ ਪਿੰਡ ਦੇ ਸਲਾਨਾ ਨਗਰ ਖੇੜੇ ਦੇ ਰੂਪ ਵਿੱਚ ਜਾਰੀ ਹੈ ਵਿਜੇ ਰੋਹਿਤ ਦੇ ਨਾਲ ਬਲਜੀਤ ਮਰਵਾਹਾ ਵਰਲਡ ਪੰਜਾਬੀ ਪਿੰਡ ਮੋਹਾਲੀ